हाँ जी प्यारे विद्यार्थियों, गुड मॉर्निंग। अज आपां पढ़ांगे जी 12वीं क्लास की पंजाबी इलैक्टिव का पहला चैप्टर है जी, आप बीतियां विचों प्रोफेसर पूर्ण सिंह की जी रचना है वह है अहमदाबाद। इस आप बीती विच प्रोफेसर पूर्ण सिंह ने इस चैप्टर के आप पढ़ांगे कि इस पाठ विच पूर्ण सिंह की डुल डुल पैंदी संवेदनशील। संवेदनशील ਹੁੰਦਾ ਹੈ ਕਿ ਬਹੁਤ ਛੇਤੀ ਹੀ ਬਹੁਤ ਜ਼ਿਆਦਾ ਜਾਂ ਮਹਿਸੂਸ ਕਰਨ ਵਾਲਾ ਕਵੀ ਸੀ ਅਤੇ ਉਹਦੀ ਸ਼ਖਸੀਅਤ ਦੇ ਨਿਰਮਾਣ ਵਿੱਚ ਮੁੱਢਲੇ ਸਾਲਾਂ ਵਿੱਚ ਪਏ ਪ੍ਰਭਾਵਾਂ ਦੀ ਝਲਕ ਮਿਲਦੀ ਹੈ ਕਿ ਉਸਦੀ ਜਿਹੜੀ ਜ਼ਿੰਦਗੀ ਦੇ ਵਿੱਚ, ਠੀਕ ਹੈ ਜੀ, ਕਿਹੜੇ ਕਿਹੜੇ ਜਿਹੜੇ ਪ੍ਰਭਾਵ ਪਏ ਨੇ ਉਹਨਾਂ ਦੀ ਜਿਹੜੀ ਝਲਕ ਉਹ ਦੇਖਣ ਨੂੰ ਮਿਲਦੀ ਹੈ ਉਹ ਕਿਹੜੇ ਸੀ। ਇਹਨਾਂ ਵਰਿਆਂ ਦੇ ਬਿਆਨ ਕਰਦੇ ਹੋਏ ਪ੍ਰੋਫੈਸਰ ਪੂਰਨ ਸਿੰਘ ਆਪਣੀ ਮਾਂ ਦੇ ਸੁਭਾਅ, ਪ੍ਰਕਿਰਤੀ ਪਿਆਰ, ਪ੍ਰਕਿਰਤੀ ਹੁੰਦੀ ਹੈ ਕੁਦਰਤ ਨਾਲ ਪਿਆਰ, ਗੈਰ ਜ਼ਿੰਮੇਵਾਰ ਅਤੇ ਕੁਰਖਤ ਮਾਪਿਆਂ, ਅਧਿਆਪਕਾਂ ਆਦਿ ਬਾਰੇ ਭਾਵਪੂਰਨ ਟਿੱਪਣੀਆਂ ਕਰਦਾ ਹੈ। ਇਹ ਪਾਠ ਭਾਰਤ ਦੀ ਗੌਰਮਈ ਸੰਸਕ੍ਰਿਤੀ ਪ੍ਰਤੀ ਪੂਰਨ ਸਿੰਘ ਦੇ ਮੋਹ ਦੀ ਵੀ ਗਵਾਹੀ ਦਿੰਦਾ ਹੈ। ਹਾਂਜੀ, ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਕਿ ਜੋ ਆਪ ਬੀਤੀ ਲਿਖੀ ਹੋਈ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਅਹਿਮਦਾਬਾਦ, ਠੀਕ ਹੈ ਜੀ, ਹੁਣ ਆਪਾਂ ਉਸ ਨੂੰ ਪੜ੍ਹਾਂਗੇ ਜੀ। ਹਾਂਜੀ, ਇਸ ਦੇ ਵਿੱਚ ਕੀ ਹੁੰਦਾ ਹੈ ਕਿ ਮੇਰਾ ਜਨਮ ਸਰਹੱਦੀ ਜ਼ਿਲ੍ਹਾ ਹਜ਼ਾਰਾਂ ਦੇ ਸਦਰ ਅਹਿਮਦਾਬਾਦ ਦੇ ਨੇੜੇ ਸਰਹੱਡ ਪਿੰਡ ਦੇ ਇੱਕ ਕੱਚੇ ਘਰ ਵਿੱਚ ਹੋਇਆ। ਸਰਹੱਡ ਇੱਕ ਪਠਾਣੀ ਪਿੰਡ ਹੈ ਕਿਉਂਕਿ ਮੈਂ ਪਿੰਡ ਦਾ ਹਰਮਨ ਪਿਆਰਾ ਬੱਚਾ ਸਾਂ ਅਤੇ ਪਠਾਣ ਮੈਨੂੰ ਪਿਆਰ ਕਰਦੇ ਸਨ। ਆਪਣਾ ਬਾਲਪਨ ਮੈਂ ਇਸ ਪਿੰਡ ਵਿੱਚ ਬਿਤਾਇਆ ਅਤੇ ਦਿਨੋਂ ਦਿਨ ਆਜ਼ਾਦੀ ਅਤੇ ਉੱਚਤਾ ਦੇ ਆਪ ਮੁਹਾਰੇ ਜਜ਼ਬੇ ਵਿੱਚ ਮੈਂ ਵੱਡਾ ਹੁੰਦਾ ਗਿਆ। ਹਾਂਜੀ, ਆਪ ਮੁਹਾਰੇ ਤੋਂ ਭਾਵ ਹੈ ਕਿ ਜਿੱਧਰ ਮਨ ਕਰੇ ਉੱਧਰ ਨੂੰ ਤੁਰ ਜਾਣਾ। ਮੇਰੀ ਮਾਂ ਮੈਨੂੰ ਝਾਲਾਂ ਦੇ ਹੇਠਾਂ ਬਿਠਾ ਦਿੰਦੀ ਅਤੇ ਠੰਡਾ ਪਾਣੀ ਮੇਰੀ ਕੰਢ ਉੱਤੇ ਪੈਂਦਾ। ਕੰਢ ਤੋਂ ਭਾਵ ਢੂਈ ਵੀ ਆਪਾਂ ਇਸ ਕਹਿ ਸਕਦੇ ਹਾਂ ਜਾਂ ਪਿੱਠ। ਇੱਕ ਵਾਰੀ ਮੈਂ ਲੋਹੇ ਦੇ ਨਲ ਨਾਲ ਜਿਹੜਾ ਗਿੱਲੀ ਮਿੱਟੀ ਵਿੱਚ ਗੱਡਿਆ ਹੋਇਆ ਸੀ ਅਤੇ ਜਿਹਦੇ ਵਿੱਚ ਪਾਣੀ ਹੇਠਾਂ ਵਗਦਾ ਸੀ ਖੇਡ ਰਿਹਾ ਸਾਂ ਕਿ ਉਹ ਉੱਖੜ ਕੇ ਮੇਰੇ ਪੈਰ ਉੱਪਰ ਆ ਢੱਠਾ। ਬੜਾ ਲਹੂ ਵਗਿਆ ਅਤੇ ਅੱਜ ਤੱਕ ਉਹਦਾ ਦਾਗ ਪਿਆ ਹੈ। ਕੁਝ ਵੀ ਅਸੀਂ ਕਰੀਏ, ਆਪਣੇ ਹਰ ਕੰਮ ਦਾ ਦਾਗ ਜਾਂ ਚੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ। ਮੈਂ ਹੈਰਾਨ ਹਾਂ ਕਿ ਛੋਟੇ ਛੋਟੇ ਅਮਲਾਂ ਦੀ ਸਾਡੀ ਆਜ਼ਾਦੀ ਕੈਡੀ ਸਰਬ ਸਮਰਥ ਹੈ ਕਿ ਉੜਕ ਉੜਕ ਤੋਂ ਭਾਵ ਕਿ ਅਖੀਰ ਅਸੀਂ ਆਪਣੀ ਖਿਡੌਣੀ ਆਜ਼ਾਦੀ ਦੇ ਗੁਲਾਮ ਬਣ ਜਾਂਦੇ ਹਾਂ। ਸਾਡੀ ਭਾਵਨਾ ਦੇ ਅਤ ਲਿਸ਼ਕਦੇ ਚੰਗਿਆੜੇ ਕਾਲੇ ਡੱਬੇ ਬਣ ਜਾਂਦੇ ਹਨ। ਜਦੋਂ ਮੈਂ 5-6 ਸਾਲ ਦਾ ਬੱਚਾ ਸਾਂ, ਜ਼ਰੂਰ ਹੱਦ ਦਰਜੇ ਦਾ ਖਪਤੀ ਹੋਵਾਂਗਾ। ਖਪਤੀ ਤੋਂ ਭਾਵ ਸ਼ੁਦਾਈ ਵੀ ਇਸ ਨੂੰ ਕਿਹਾ ਜਾਂਦਾ ਕਿ ਮੈਂ ਹੁਣ ਵੀ ਉਸੇ ਤਰ੍ਹਾਂ ਦਾ ਹਾਂ। ਬਾਲ ਮਨੁੱਖ ਬਣ ਜਾਂਦਾ ਹੈ ਅਤੇ ਅਸੀਂ ਸਮਝਦੇ ਹਾਂ ਮਨੁੱਖ ਵਧੀਆ ਹੋ ਗਿਆ, ਪਰ ਮੈਨੂੰ ਵੱਡੇ ਹੋਏ ਨੂੰ ਮੇਰੇ ਦੋਸਤ ਨੀਮ ਪਾਗਲ ਆਖਦੇ ਹਨ, ਠੀਕ ਹੈ ਜੀ, ਉਹਨਾਂ ਦੀ ਉਸ ਸਿਫਤ ਨਾਲ ਜਿਨ੍ਹਾਂ ਨੂੰ ਮੈਂ ਆਪਣੇ ਵਿੱਚ ਬਹੁਮੁੱਲੀ ਸਮਝਦਾ ਹਾਂ ਅਤੇ ਜਿਹਨੂੰ ਮੇਰੀ ਮਾਂ ਮੇਰੇ ਵਿੱਚ ਬਹੁਮੁੱਲੀ ਸਮਝਦੀ ਸੀ। ਕੋਈ ਦਿਲਚਸਪੀ ਨਹੀਂ, ਉਹ ਮੈਨੂੰ ਜੰਗਲੀ ਅਤੇ ਅੱਖੜ ਸਮਝਦੇ ਹਨ। ਅੱਖੜ ਹੁੰਦਾ ਜੀ ਅੜੀਅਲ ਅਤੇ ਅਤ ਭਾਵਕ ਅਤੇ ਜੋਸ਼ੀਲਾ ਅਤੇ ਅਤ ਉਤਸ਼ਾਹੀ। ਮੇਰੀ ਮਾਂ ਮੈਨੂੰ ਦੱਸਿਆ ਕਰਦੀ ਸੀ ਕਿ ਇੱਕ ਦਿਨ ਮੈਂ ਚਿੱਟਾ ਕਹਿਦਾ ਕੋਲ ਭੰਨ ਸੁੱਟਣ ਲਈ ਜਿੱਦ ਕਰ ਰਿਹਾ ਸਾਂ। ਕਹਿ ਹੁੰਦਾ ਜੀ ਕਾਂਸੀ ਦਾ, ਠੀਕ ਹੈ ਜੀ, ਅਤੇ ਕੋਲ ਤੁਸੀਂ ਜਾਂ ਕੱਪ ਮੰਨ ਲਓ ਕਿ ਇਸ ਨੂੰ ਭੰਨਣ ਦੀ ਜਿੱਦ ਕਰ ਰਿਹਾ ਸੀ ਅਤੇ ਮਾਂ ਨੇ ਮੇਰੀ ਜਿੱਦ ਮੰਨ ਲਈ ਸੀ। ਇੱਕ ਪੱਥਰ ਉੱਤੇ ਉਹਨੂੰ ਮੈਂ ਤਹਿ ਮਾਰਿਆ ਅਤੇ ਉਹ ਟੋਟੇ ਟੋਟੇ ਹੋ ਗਿਆ ਅਤੇ ਉਹਨੂੰ ਤੋੜ ਕੇ ਮੈਂ ਰੋਣ ਲੱਗ ਪਿਆ, ਹੈ ਹੈ ਇਹ ਟੋਟੇ ਟੋਟੇ ਕਿਉਂ ਹੋ ਗਿਆ। ਸੋ ਪਿਆਰੇ ਵਿਦਿਆਰਥੀਓ, ਕਿ ਆਪਾਂ ਛੋਟੀ ਛੋਟੀ ਵੀਡੀਓ ਜਿਹੜੀਆਂ ਉਹ ਬਣਾਉਂਦੇ ਰਹਾਂਗੇ ਅਤੇ ਤੁਸੀਂ ਇਸ ਨੂੰ ਧਿਆਨ ਨਾਲ ਸੁਣਦੇ ਰਹਿਣਾ। ਜਦੋਂ ਇਹ ਆਪ ਬੀਤੀ ਕੰਪਲੀਟ ਹੋ ਗਈ ਤਾਂ ਉਸ ਤੋਂ ਬਾਅਦ ਇਹਦੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਆਪਾਂ ਕਰਾਂਗੇ, ਠੀਕ ਹੈ ਜੀ। ਸੋ ਅੱਜ ਦਾ ਕੰਮ ਇੰਨੀ ਹੈ, ਤੁਸੀਂ ਇਸ ਨੂੰ ਧਿਆਨ ਨਾਲ ਸੁਣੋ। ਸੋ ਧੰਨਵਾਦ।